ਵਾਹ ਜੀ ਵਾਹ ਕੀ ਬਾਤ ਦੇਸੀ ਫਾਰਮੂਲਾ ਹਾਂਜੀ ਹੁੰਦਾ ਕੀ ਹੈ ਜੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਪਸ਼ੂ ਹੁੰਦੇ ਨੇ ਜਿਵੇਂ ਮੱਝਾਂ ਹੁੰਦੀਆਂ ਨੇ ਗਾਵਾਂ ਹੁੰਦੀਆਂ ਨੇ ਇਹਨਾਂ ਦੇ ਜੀ ਭਾਰ ਪੈਣ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ ਯਾਨੀ ਕਿ ਜਦੋਂ ਇਹ ਸੂਨ ਵਾਲੇ ਹੁੰਦੇ ਨੇ ਇਹਨਾਂ ਦੇ ਬੱਚਾ ਹੋਣ ਵਾਲਾ ਹੁੰਦਾ ਉਸ ਟਾਈਮ ਤੇ ਇੱਕ ਭਾਰ ਪੈਣ ਦੀ ਦਿੱਕਤ ਆਉਂਦੀ ਹੈ ਜਿਸ ਦੀ ਵਜ੍ਹਾ ਕਰਕੇ ਇਹਨਾਂ ਦਾ ਰੇਟ ਹੈ ਜਿਹੜਾ ਉਹ 1.5 ਲੱਖ ਤੋਂ 50 ਹਜ਼ਾਰ ਯਾਨੀ ਕਿ ਜੇ ਕੋਈ 2 ਲੱਖ ਦੀ ਮੱਝ ਹੈ ਤਾਂ ਉਹ ਲੱਖ ਦੀ ਹੀ ਰਹਿ ਜਾਂਦੀ ਹੈ ਤੇ ਕਈ ਵਾਰੀ ਮੱਝ ਖਰਾਬ ਵੀ ਹੋ ਜਾਂਦੀ ਹੈ ਜਿਹਦੀ ਆਪਣੇ ਕਿਸਾਨਾਂ ਨੂੰ ਪਿੰਡੂ ਜਿਹੜੇ ਲੋਕ ਨੇ ਜਿਹੜੇ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤਵੱਡੀ ਇਹ ਦਿੱਕਤ ਆਉਂਦੀ ਹੈ ਕਈ ਲੋਕ ਇਹ ਦਵਾਈਆਂ ਦਵਾਵਾ ਕੇ ਵੀ ਡੰਗਰਾਂ ਨੂੰ ਅੱਕ ਜਾਂਦੇ ਨੇ ਪਸ਼ੂਆਂ ਨੂੰ ਅੱਕ ਜਾਂਦੇ ਨੇ ਪਰ ਕੋਈ ਹੱਲ ਨਹੀਂ ਹੁੰਦਾ ਉਹਦਾ ਆਪਾਂ ਬਿਲਕੁਲ ਪੱਕਾ ਹੱਲ ਕਰਾਂਗੇ ਬਿਲਕੁਲ ਆਸਾਨ ਤਰੀਕੇ ਨਾਲ ਜੇ ਤਾਂ ਤੁਹਾਡੇ ਘਰੇ ਪਸ਼ੂ ਹੈਗੇ ਨੇ ਤਾਂ ਤਾਂ ਤੁਸੀਂ ਇਹ ਫਾਰਮੂਲਾ ਦੇਖ ਲਓ ਨੋਟ ਕਰ ਲਓ ਜੇ ਕਦੇ ਜ਼ਰੂਰਤ ਪੈਂਦੀ ਹੈ ਤਾਂ ਵਰਤਿਓ ਜੇ ਨਹੀਂ ਹੈਗੇ ਪਸ਼ੂ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਘਰਾਂ ਦੇ ਵਿੱਚ ਪਸ਼ੂ ਨੇ ਉਹਨਾਂ ਨੂੰ ਕਦੇ ਵੀ ਆਹ ਦਿੱਕਤ ਨਾ ਆਵੇ ਭਾਰ ਪੈਣ ਵਾਲੀ ਤੇ ਉਹਨਾਂ ਦੀ ਜੇ ਕੋਈ ਦਿੱਕਤ ਆ ਹੈਗੀ ਹੈ ਤਾਂ ਉਹਨ 1 ਕਿਲੋ ਪਾਣੀ ਪਾਉਣਾ ਕਿਸੇ ਵੀ ਕੜਾਈ ਦੇ ਵਿੱਚ ਕਿਸੇ ਕੜਾਈਏ ਚ ਕਿਸੇ ਵੀ ਭਾਂਡੇ ਦੇ ਵਿੱਚ ਉਸ ਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਕਿਲੋ ਗੁੜ ਕੋਈ ਵੀ ਵਧੀਆ ਗੁੜ ਹੋਵੇ ਤੁਸੀਂ ਨੇੜੇ ਤਰੇ ਦੀ ਦੁਕਾਨ ਤੋਂ ਲੈ ਆਓ ਗੁੜ ਆਪਣੇ ਆਮ ਘਰਾਂ ਦੇ ਵਿੱਚ ਵੀ ਪਿਆ ਹੁੰਦਾ ਹੈ ਕਿਉਂਕਿ ਜੀ ਪਿੰਡਾਂ ਦੇ ਵਿੱਚ ਆਪਾਂ ਗੁੜ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ ਇਸ ਕਰਕੇ ਗੁੜ ਹੁੰਦਾ ਹੈ ਤੇ ਚਾਹ ਵੀ ਆਪਾਂ ਨੂੰ ਗੁੜ ਦੀ ਹੀ ਪੀਣੀ ਚਾਹੀਦੀ ਹੈ ਕਿਉਂਕਿ ਗੁੜ ਆਪਣੀ ਸਿਹਤ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਖੰਡ ਦੇ ਮੁਕਾਬਲੇ ਹੁਣ ਤੁਸੀਂ ਇਹ ਨਾ ਸੋਚੋ ਵੀ ਗੁੜ ਤਾਂ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਜਦੋਂ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਉਬਾਲ ਲਿਆ ਉਸ ਤੋਂ ਬਾਅਦ ਸੌਂਫ ਸੌਂਫ ਨੂੰ ਵੀ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਸੌਂਫ ਦੀ ਮਾਤਰਾ ਇਹਦੇ ਵਿੱਚ ਰੱਖਣੀ ਹੈ ਜੀ ਤੁਸੀਂ ਪਾਈ ਆ ਠੀਕ ਹੈ ਜੇ ਤੁਸੀਂ ਅੱਧਾ ਕਿਲੋ ਗੁੜ ਪਾਇਆ ਤਾਂ ਮਾਤਰਾ ਇਹਦੀ ਪਾਈ ਆ ਹੋਣੀ ਚਾਹੀਦੀ ਹੈ ਸੌਂਫ ਦੀ ਇਸ ਤਰੀਕੇ ਨਾਲ ਆ ਜਿਹੜੀ ਟ੍ਰਿਕ ਹੈ ਨੂੰ ਤੁਸੀਂ ਤਿਆਰ ਕਰ ਲਿਓ ਹੁਣ ਆਪਾਂ ਨੇ ਇਹਨੂੰ ਜੀ ਲਗਾਤਾਰ ਉਬਾਲਣਾ ਹੈ ਆਪਾਂ ਨੇ ਇਹਨੂੰ ਓਨੇ ਟਾਈਮ ਤੱਕ ਉਬਾਲਣਾ ਹੈ ਜਿੰਨੇ ਟਾਈਮ ਤੱਕ ਜਿਹੜੀ ਆਪਣੀ ਸੌਂਫ ਹੈ ਦਾ ਜਿਹੜਾ ਰਾਸਾਇਣ ਨਿਕਲ ਕੇ ਜਿੰਨੇ ਵੀ ਇਹਦੀ ਵਿੱਚ ਸ਼ੁੱਧੀਆਂ ਨੇ ਉਹ ਸਾਰੀਆਂ ਗੁੜ ਦੇ ਵਿੱਚ ਮਿਕਸ ਨਾ ਹੋ ਜਾਣ ਇਹ ਇੱਕ ਮਿਕ ਨਾ ਹੋ ਜਾਣ ਉਸ ਤੋਂ ਬਾਅਦ ਇਹਨੂੰ ਵਰਤਣਾ ਕਿਵੇਂ ਹੈ ਤੁਸੀਂ ਕਿੰਨੇ ਦਿਨ ਵਰਤਣਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਪੂਰਾ ਉੱ ਆਪਾਂ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਤੁਹਾਨੂੰ ਉਬਾਲ ਲੈਣੇ ਆ ਆਹ ਲੋ ਜੀ ਚੰਗੇ ਤਰੀਕੇ ਨਾਲ ਇਹਨੂੰ ਤੁਸੀਂ ਉਬਾਲ ਲੈਣਾ ਜਿਵੇਂ ਆਪਾਂ ਉਬਾਲੀ ਜਾਂਦੇ ਹਾਂ ਚੁੱਲ੍ਹੇ ਦੇ ਉੱਤੇ ਬਾਲ ਲੈਣਾ ਤੁਸੀਂ ਚੁੱਨੇ ਤੇ ਬਾਲ ਲਓ ਆਪਣੀਆਂ ਮੱਜਾਂ ਨੂੰ ਆਪਾਂ ਗਾਵਾਂ ਨੂੰ ਗੁੜ ਤਾਂ ਆਪਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਵਾਉਣੇ ਹੁੰਦੇ ਆ ਪਿਉਉਣੇ ਹੁੰਦੇ ਆ ਉਸ ਟਾਈਮ ਤੇ ਜਦੋਂ ਇਹ ਮੰਨ ਕੇ ਚੱਲੋ ਸੂ ਜਾਂਦੀਆਂ ਨੇ ਠੀਕ ਹੈ ਜਦੋਂ ਇਹ ਦੁੱਧ ਦੇਣਾ ਹੁੰਦਾ ਇਹਨਾਂ ਨੇ ਪਰ ਇਹ ਗਰਮ ਹੁੰਦਾ ਬਹੁਤ ਜ਼ਿਆਦਾ ਵਾਰ ਜਦੋਂ ਆਪਾਂ ਇਹਨੂੰ ਗਰਮ ਕਰ ਲਿਆ ਇਸ ਤਰੀਕੇ ਨਾਲ ਉਬਾਲ ਲਿਆ ਤੇ ਇਹਦੇ ਵਿੱਚ ਆਪਾਂ ਨੇ ਸੌਂਫ ਦੀ ਮਾਤਰਾ ਵਧਾ ਦਿੱਤੀ ਫੇਰ ਇਹਦੀ ਜਿਹੜੀ ਤਸਵੀਰ ਹੈ ਉਹ ਬਹੁਤ ਜ਼ਿਆਦਾ ਠੰਡੀ ਹੋ ਜਾਂਦੀ ਹੈ ਤੇ ਪਸ਼ੂਆਂ ਨੂੰ ਬਿਲਕੁਲ ਵੀ ਇਹਦੀ ਕੋਈ ਦਿੱਕਤ ਨਹੀਂ ਆਉਣੀ ਵਰਤਿਆ ਹੋਇਆ ਫਾਰਮੂਲਾ ਹੈ ਤਿਆਰ ਕਰਿਆ ਹੋਇਆ ਫਾਰਮੂਲਾ ਹੈ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਵਾੜਾ ਜ਼ਬਰਦਸਤ ਫਾਰਮੂਲਾ ਹੈ ਡੰਗਰਾਂ ਨੂੰ ਵੈਸੇ ਵੀ ਜੇ ਗਰਮਾਇਸ ਹੋਵੇ ਬਿਨਾ ਗੁੜ ਤੋਂ ਤੁਸੀਂ ਨਾਰਮਲ ਤਰੀਕੇ ਨਾਲ ਜੇ ਤੁਸੀਂ ਸੌਫ ਦੇਈ ਜਾਓ 10 ਦਿਨਾਂ ਬਾਅਦ ਹਫਤੇ ਬਾਅਦ ਤਾਂ ਵੀ ਤੁਹਾਡੇ ਪਸ਼ੂਆਂ ਦੇ ਅੰਦਰ ਬਹੁਤ ਜ਼ਿਆਦਾ ਠੰਡਕ ਰਹਿੰਦੀ ਹੈ ਹੁਣੇ ਫਾਰਮੂਲੇ ਦਾ ਆਪਾਂ ਨੇ ਯੂਜ਼ ਕਿਵੇਂ ਕਰਨਾ ਹੈ ਫਾਈਨਲੀ ਇਹਨੂੰ ਆਪਾਂ ਨੇ ਹੁਣ ਬੰਦ ਕਰ ਲਿਆ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਤੁਸੀਂ ਠੰਡਾ ਕਰ ਲੋ ਇਹਦਾ ਜਦੋਂ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਪਸ਼ੂ ਦੇ ਵਿੱਚ ਭਾਰ ਪੈਣ ਦੀ ਦਿੱਕਤ ਆ ਗਈ ਤੁਹਾਡੇ ਪਸ਼ੂ ਨੂੰ ਤਾਂ ਤੁਸੀਂ ਚਾਹੇ ਤਾਂ ਇਹਨੂੰ ਡਾਇਰੈਕਟ ਪਿਆ ਦਿਓ ਜੇ ਪੀ ਸਕਦਾ ਜੇ ਕਿਸੇ ਚੀਜ਼ ਚ ਖਾ ਸਕਦਾ ਉਵੇਂ ਖਵਾ ਦਿਓ ਨਹੀਂ ਫਿਰ ਜਦਾਂ ਤੁਸੀਂ ਇਹਨੂੰ ਖਾਲ ਦੇ ਵਿੱਚ ਪਾ ਕੇ ਵਰਤ ਲਓ ਜੇ ਖਾਲ ਦੇ ਵਿੱਚ ਵੀ ਪਸ਼ੂ ਨਹੀਂ ਖਾ ਰਿਹਾ ਤਾਂ ਜਿਹੜੀ ਆਪਾਂ ਤੂੜੀ ਰਲਾਉਣੇ ਹੁੰਦੇ ਆ ਸੰਨੀ ਰਲਾਉਣੇ ਹੁੰਦੇ ਆ ਉਹਦੇ ਉੱਤੇ ਨੂੰ ਛਿੜਕ ਦਿਓ ਤੇ ਇਸ ਤੋਂ ਬਾਅਦ ਚੰਗੇ ਤਰੀਕੇ ਨਾਲ ਮਿਕਸ ਕਰ ਦਿਓ ਤੇ ਖਵਾਓ ਵੈਸੇ ਤਾਂ ਇਹ ਇੱਕ ਵਾਰ ਨਾਲ ਹੀ ਪਸ਼ੂ ਦਾ ਭਾਰ ਪੈਣਾ ਬੰਦ ਹੋ ਜਾਂਦਾ ਜੇ ਬਾਲੀ ਦਿੱਕਤ ਹੈ ਤਾਂ ਤੁਸੀਂ ਇਹ ਫਾਰਮੂਲਾ ਹਫਤੇ ਬਾਅਦ ਦ